ਪਾਜੀ ਹਾਂਜੀ ਜਦੋਂ ਇਹ ਫਿਲਮ ਕਰ ਰਹੇ ਸੀਗੇ ਪਿਛਲੀ ਫਿਲਮ 'ਚ ਤੁਸੀਂ ਨਹੀਂ ਸੀ ਹੈਗੇ ਅਤੇ ਜਦੋਂ ਇਹ ਫਿਲਮ ਤੁਹਾਨੂੰ ਔਫਰ ਹੋਈ ਅਤੇ ਤੁਹਾਡੇ ਇੱਦਾਂ ਦਾ ਦਿਮਾਗ 'ਚ ਸੀਗਾ ਕਿ ਯਾਰ ਕਿਉਂਕਿ ਜਦੋਂ ਪਹਿਲੀ ਫਿਲਮ ਹਿੱਟ ਹੋਵੇ ਨਾ ਦੂਜੀ ਕਰਨ ਲਈ ਬੜੀ ਹਿੰਮਤ ਚਾਹੀਦੀ ਹੁੰਦੀ ਹੈ ਉਹ ਵੀ ਖਾਸ ਕਰ ਜਦੋਂ ਐਕਟਰ ਦੂਜੀ ਦੇ ਵਿੱਚ ਆ ਰਿਹਾ ਹੋਵੇ ਸੋ ਕਿੱਦਾਂ ਦਾ ਤੁਹਾਨੂੰ ਜਦੋਂ ਔਫਰ ਹੋਈ ਫਿਲਮ ਮੈਨੂੰ ਲੱਗਾ ਕਿ ਜਿਹਨੇ ਮੈਨੂੰ ਪਹਿਲੀ 'ਚ ਵੀ ਲਿਆ ਹੁੰਦਾ ਹੋਰ ਹਿੱਟ ਹੋ ਜਾਂਦਾ ਚਲੋ ਜੀ ਇਹ ਕਹਿੰਦੇ ਜੋ ਕਾ ਪਾਰਟ ਬਾਕੀ ਗੱਲ ਇਹ ਕਿ ਮੈਨੂੰ ਪਤਾ ਸੀ ਕਿ ਆਲਰੇਡੀ ਇੱਕ ਹਿੱਟ ਪ੍ਰੋਪਰਟੀ ਹੈ ਜੀ ਅੱਗੇ ਅਸੀਂ 8 ਪਾਰਟ ਅਸੀਂ ਹੋਰ ਬਣਾਉਣੇ ਆ ਸਮੇਂ ਤਾਂ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਕਿ ਮੈਂ ਇੱਕ ਆਲਰੇਡੀ ਸਕਸੈਸਫੁਲ ਵੈਂਚਰ ਦੇ ਵਿੱਚ ਆਪਣਾ ਇੱਕ ਪਾਰਟ ਬਣਨ ਜਾ ਰਿਹਾ ਔਰ ਜਦੋਂ ਉਹਨਾਂ ਮੈਨੂੰ ਸਕ੍ਰਿਪਟ ਸੁਣਾਈ ਤਾਂ ਡੈਫੀਨੇਟਲੀ ਇਹ ਪਹਿਲੀ ਨਾਲੋਂ ਵੀ ਬਿਹਤਰ ਸਕ੍ਰਿਪਟ ਬਣੀ ਕਿਉਂਕਿ ਪਹਿਲੀ ਬਹੁਤ ਅੱਛੀ ਸੀ ਅਗਲਾ ਸਟੈਪ ਸਾਡੇ ਰਾਈਟਰ ਨੇ ਹੋਰ ਵੀ ਬਹੁਤ ਅੱਛਾ ਲਿਆ ਸੋ ਮੈਨੂੰ ਖੁਸ਼ੀ ਹੈ ਕਿ ਇਸ ਸਾਲ ਦੇ ਵਿੱਚ ਚੌਥੀ ਮੇਰੀ ਕਾਮੇਡੀ ਹਿੱਟ ਮੂਵੀ ਚੱਲ ਰਹੀ ਹੈ ਕੀ ਬਾਤ ਮੇਰੇ ਵਾਸਤੇ ਬਹੁਤ ਮਾਣ ਵਾਲੀ ਸੋ ਤੁਸੀਂ ਇਹ ਸਮਝ ਦਿਓ ਕਿ 8 ਪਾਰਟ ਹੋਰ ਬਣਾਉਣੇ ਆ ਘੱਟੋ ਘੱਟ 8 ਤਾਂ ਅਸੀਂ ਸੋਚੇ ਹੋਏ ਨੇ ਬਾਕੀ ਪ੍ਰੋਡਿਊਸਰਸ ਦੇ ਦਿਮਾਗ 'ਚ ਕੀ ਹੈ ਮੈਨੂੰ ਪਤਾ ਨਹੀਂ ਓਕੇ ਓਕੇ ਅੱਛਾ ਉਹ ਕਹਿੰਦੇ ਸੀ ਉਹ ਜਨਰਲੀ ਗੱਲ ਕਰ ਰਿਹਾ ਮੈਂ ਵੈਸੇ ਆਇਆ ਮੈਂ ਕੰਫਰਟੇਬਲ ਨਹੀਂ ਸੀਗਾ ਮੈਂ ਆਈ ਵਾਸ ਨਾਟ ਕੰਫਰਟੇਬਲ ਦੇਅਰ ਮੈਂ ਜਿੱਦਾਂ ਕਿ ਮਿਸਟਰ ਮਿਸਿਸ 420 ਬਣੀ ਹੁਣ 2 ਬਣੀ ਹੈ ਇਹਦੇ 'ਚ ਸਟਾਰ ਕਾਸਟ ਬੜੀ ਇੰਪੋਰਟੈਂਟ ਹੁੰਦੀ ਹੈ ਸੋ ਪਹਿਲੀ 'ਚ ਤੁਸੀਂ ਮੈਨੂੰ ਨਹੀਂ ਰੱਖਿਆ ਸੀਗਾ ਸਾਈਨ ਕਰਨ ਤੋਂ ਬਾਅਦ ਸਾਈਨ ਕਰਨ ਤੋਂ ਬਾਅਦ ਦੱਸ ਰਿਹਾ ਮੈਂ ਅੱਛਾ ਅੱਛਾ ਜ਼ੁਬਾਨੀ ਸਾਈਨ ਕਰਨ ਤੋਂ ਬਾਅਦ ਇਹਨਾਂ ਨੇ ਨਹੀਂ ਰੱਖਿਆ ਸੀਗਾ ਅਤੇ ਸੈਕਿੰਡ ਜਦੋਂ ਬਣ ਗਈ ਉਦੋਂ ਮੈਨੂੰ ਪਤਾ ਲੱਗਿਆ ਸੋ ਤੀਜੀ ਬਾਰੇ ਤੁਹਾਡਾ ਕੀ ਖਿਆਲ ਹੈ ਸਟਾਰ ਕਾਸਟ ਇੰਪੋਰਟੈਂਟ ਹੈ ਸਟਾਰ ਕਾਸਟ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਲੈ ਨਹੀਂ ਰਹੀ ਤੈਨੂੰ ਇਹ ਦੇਖ ਲਓ ਕਰਮਜੀਤ ਭਾਜੀ ਨੇ ਆਪਣੀ ਸੀਟ ਪੱਕੀ ਕਰ ਲਈ ਹੈ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਰਜੀਵ ਨੂੰ ਲੈ ਲਓ ਤੀਜੀ ਵਿੱਚ ਕਹਿੰਦੇ ਨੇ ਤੀਜੀ ਵੀ ਵਧੀਆ ਹੀ ਬਣਾਉਣੀ ਹੈ ਮਤਲਬ ਹਾਲੇ ਤੀਜੀ ਦੇ ਵੀ ਤੁਸੀਂ ਵਧੀਆ ਦੇ ਰਹੇ ਹੋ ਜ਼ਿਆਦਾ ਵਧੀਆ ਵੱਲ ਤੁਹਾਡਾ ਧਿਆਨ ਹੈ ਨਹੀਂ ਤੀਸਰੀ ਦੇ ਵਿੱਚ ਪੱਕਾ ਲੈਣਗੇ ਰਜੀਵ ਠਾਕਰ ਨੂੰ ਠੀਕ ਹੈ ਔਰ ਇੰਟਰਵਲ ਤੇ ਸੀਨ ਹੋਏਗਾ ਤੁਹਾਡਾ ਮੈਂ ਕਹਿੰਦਾ ਭਾਵੇਂ ਇੱਦਾਂ ਦਾ ਸੀਨ ਬਣਾ ਦਿਓ ਲੈ ਲਓ ਓਪਨਿੰਗ ਤੇ ਸੀਨ ਹੈ ਕਿ ਆਹ ਸਾਡਾ ਭਰਾ ਹੁੰਦਾ ਸੀ ਤੇ ਫੋਟੋ ਲੱਗੀ ਹੋਈ ਹੈ ਸਿਫਾਰਿਸ਼ ਕਰਦਾ ਥਰਡ ਦੇ ਵਿੱਚ ਰਾਜੀਵ ਠਾਕੁਰ ਨੂੰ ਲਿਓ ਨਾ ਲਿਓ ਮੈਨੂੰ ਜ਼ਰੂਰ ਲੈ ਲਿਓ GGI ਕਾਲਜ ਅੱਜ ਸਾਡੇ ਨਾਲ ਜੁੜੇ ਹੋਏ ਨੇ ਸੋ ਭਾਜੀ ਇਹਨਾਂ ਦੇ ਵਿੱਚ ਨਾ ਕੁਛ ਬਹੁਤ ਖੂਬਸੂਰਤ ਟੈਲੈਂਟ ਹੁੰਦਾ ਆ ਜਦੋਂ ਵੀ ਸਾਡੇ ਸੈਲੀਬ੍ਰਿਟੀ ਆਉਂਦੇ ਅਸੀਂ ਉਹਨਾਂ ਨੂੰ ਮੌਕਾ ਜ਼ਰੂਰ ਦਿੰਦੇ ਉਹਨਾਂ ਦੇ ਸਾਹਮਣੇ ਪਰਫੋਰਮ ਕਰਨ ਦਾ ਸੋ ਮੈਡਮ ਨੇ ਡੀਨ ਉੱਥੋਂ ਦੇ ਪ੍ਰੇਰਨਾ ਜੀ ਸੋ ਪ੍ਰੇਰਨਾ ਜੀ ਅੱਜ ਤੁਹਾਡੇ ਕਾਲਜ ਵੱਲੋਂ ਕਿਹੜਾ ਟੈਲੈਂਟ ਹੈ ਜੋ ਤੁਸੀਂ ਲੈ ਕੇ ਆਏ ਹੋ ਇੱਥੇ ਪਰਫੋਰਮ ਕਰਨ ਦੇ ਲਈ ਸਭ ਤੋਂ ਪਹਿਲਾਂ ਤਹਿ ਦਿਲ ਤੋਂ ਗੀਤਾ ਗਰੁੱਪ ਆਫ ਇੰਸਟੀਟਿਊਸ਼ਨ ਦੀ ਤਰਫੋਂ ਮੈਂ ਸਾਹਮਣੇ ਬੈਠੇ ਜਿਨ੍ਹਾਂ ਨੂੰ ਆਪਾਂ ਸਿਰਫ ਸਕਰੀਨ 'ਤੇ ਵੇਖਦੇ ਸੀ ਅੱਜ ਸਾਹਮਣੇ ਵੇਖ ਪਾ ਰਹੇ ਹਾਂ ਬੱਚਿਆਂ ਦੇ ਤਰਫੋਂ ਔਰ ਆਪਣੀ ਤਰਫੋਂ ਤਹਿ ਦਿਲ ਤੋਂ ਸ਼ੁਕਰਾਨਾ ਕਰਨੇ ਆ ਇੱਕ ਵਾਰੀ ਥੈਂਕ ਯੂ ਵੈਰੀ ਮਚ ਮੇਰੇ ਦੋ ਬੱਚੇ ਹੈਗੇ ਨੇ ਬਹੁਤ ਅੱਛਾ ਗਾਣਾ ਗਾਉਂਦੇ ਨੇ ਮੈਂ ਰਿਕੁਐਸਟ ਕਰਾਂਗੀ ਹਰਕੀਰਤ ਔਰ ਪ੍ਰਿੰਸ ਨੂੰ ਅੱਗੇ ਆਉਣ ਵਾਸਤੇ ਆ ਲਓ ਸਟੇਜ ਇੰਨਾ ਸੋਹਣਿਆ ਦਾ ਕੰਮ ਦਗਾ ਤੇਰੇ ਨਾਲ ਦਗਾ ਮੈਂ ਕਮਾਵਾਂ ਸੋਣੀਏ ਜੇ ਮੈਂ ਮਰ ਜਾਵਾਂ ਹਾਏ ਅੱਲਾ ਕਰੇ ਮੈਂ ਮਰ ਜਾਵਾਂ ਸੋਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਰੱਬ ਕਰੇ ਮੈਂ ਮਰ ਜਾਵਾਂ ਸੋ ਦੇਖ ਲਓ ਜੀ ਸਾਡੇ ਵਿੱਚ ਸਾਰੀ ਸਟਾਰ ਕਾਸਟ ਬੈਠੀ ਹੈ ਕੋਈ ਮਨ ਦੀ ਗੱਲ ਕਰਨੀ ਤਾਂ ਕਰ ਲਓ ਨਹੀਂ ਤਾਂ ਮੈਂ ਤਾਂ ਕਰ ਹੀ ਰਿਹਾ ਹਾਂ ਵਾਹ
ਕੁੱਗੀ ਬਾਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਥੈਂਕ ਯੂ ਸਰ ਹਮਨੇ ਹਮੇਸ਼ਾ ਆਪਕੋ ਕਾਮਿਕ ਰੋਲਸ ਮੇਂ ਦੇਖਾ ਹੈ ਕਭੀ ਵਿਲਨ ਕੇ ਰੋਲ ਮੇਂ ਨਹੀਂ ਦੇਖਾ ਕਭੀ ਬੜਾ ਮਨ ਹੈ ਮੇਰਾ ਕਿ ਆਪ ਕੋਈ ਵਿਲਨ ਕਾ ਡਾਇਲੋਗ ਬੋਲੋ ਇਕਦਮ ਖੂੰਖਾਰ ਵੇ ਮੈਂ ਇੱਕ ਮਿੰਟ ਵੈਰੀ ਗੁੱਡ ਵੈਰੀ ਗੁੱਡ ਇਹ ਬਹੁਤ ਅੱਛਾ ਸਵਾਲ ਕੀਤਾ ਪਰ ਇਹਦੀ ਸਿਚੁਏਸ਼ਨ ਮੈਂ ਦਊਂਗਾ ਭਾਜੀ ਨਹੀਂ ਆਪਕੋ ਮੈਂ ਕਹਾਂ ਸੇ ਵਿਲਨ ਲੱਗ ਰਹਾ ਹੂੰ ਭਾਜੀ ਇਹ ਗੱਲ ਥੋੜੀ ਹੁੰਦੀ ਹੈ ਮੈਂ ਜੇ ਵਿਲਨ ਬਣ ਵੀ ਗਿਆ ਤੇ ਮੇਰੇ ਡਾਇਲੋਗ ਵੀ ਉਦਾਂ ਦੇ ਹੋਣੇ ਆ ਨਹੀਂ ਨਹੀਂ ਭਾਜੀ ਮੈਂ ਸਿਚੁਏਸ਼ਨ ਦਊਂਗਾ ਮੈਂ ਸਭ ਤੋਂ ਹਿੱਟ ਵਿਲਨ ਗੱਬਰ ਸਿੰਘ ਹਾਂ ਆਪਣੇ ਇਰਾ ਦਾ ਜੇਕਰ ਦੇਖਿਆ ਜਾਏ ਗੱਬਰ ਸਿੰਘ ਮੈਡਮ ਦੋ ਮਿੰਟ ਜ਼ਰਾ ਤੁਸੀਂ ਆਓ ਨਾ ਬਸੰਤੀ ਆਹ ਬਸੰਤੀ ਹੈ ਅਤੇ ਆਹ ਚਲੋ ਧਰਮ ਭਾਜੀ ਘੱਟ ਡੋਲਿਆਂ ਵਾਲੇ ਗੱਬਰ ਕਹਿੰਦਾ ਸੀ ਨਾਚ ਬਸੰਤੀ ਹਾਂਜੀ ਅਤੇ ਮੈਂ ਕਹਿੰਦਾ ਬਸੰਤੀ ਇਹ ਕੁੱਤੋਂ ਕੇ ਸਾਹਮਣੇ ਮਤ ਨਾਚ ਸੀਰੀਅਸਲੀ ਬੋਲ ਲਓ ਇੱਦਾਂ ਕੀ ਕਮੇਡੀ ਕਰੀ ਜਾਂਦੇ ਤੁਸੀਂ ਯਾਰ ਹੁਣ ਮੈਂ ਕਮੇਡੀਅਨ ਮੈਂ ਜਿਹੜੀ ਹੁਣ ਮੈਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਵਿਲਨ ਵੀ ਇੱਦਾਂ ਦਾ ਹੀ ਬਣ ਸਕਦਾ ਓਏ ਤੂੰ ਮੇਰੀ ਭੈਣ ਨੂੰ ਰਾਹ 'ਚ ਰੋਕ ਕੇ ਫਿੱਕੇ ਖਰਬੂਜੇ ਖਵਾਉਣਾ ਮੈਂ ਤੈਨੂੰ ਖੂਹ ਵਾਲੀ ਟਾਲੀ ਨਾਲ ਬੰਨ ਕੇ ਮਾਰ ਦਿਆਂਗਾ ਓਏ ਉਹ ਕਹਿੰਦਾ ਓਏ ਕਿਹੜੀ ਟਾਲੀ ਨਾਲ ਬੰਨ ਕੇ ਮਾਰਨ ਦੀ ਗੱਲ ਕਰਦਾ ਓਏ ਟਾਲੀ ਤੇ ਮੇਰੇ ਬਾਪੂ ਨੇ ਪਰਸੋਂ ਦੀ ਵਢਾ ਛੱਡੀ ਭਾਜੀ ਜਿਹੜਾ ਤੁਸੀਂ ਇਹਨਾਂ ਨੂੰ ਔਰਤ ਬਣਾਇਆ ਅਤੇ ਮੈਡਮ ਇਹ ਕਿੱਦਾਂ ਸੋਚਿਆ ਕਿ ਔਰਤ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਮਤਲਬ ਰਾਜਸਥਾਨੀ ਪੰਜਾਬਣ ਵੀ ਤਾਂ ਹੋ ਸਕਦੀ ਸੀ ਉਹ ਆਈਡੀਆ ਇਹਨਾਂ ਦਾ ਅਤੇ ਸ਼ਤੇ ਚੌਧਰੀ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਇਹਨਾਂ ਦਾ ਕਾਲਾ ਮਾਲਾ ਸੀਗਾ ਉਹ ਇਹਨਾਂ ਦੀ 420 ਸੀਗੀ ਅੱਛਾ ਇਹ 420 ਦਾ ਕੀ ਕਾਰਨ ਹੈ ਕਿ ਤੁਸੀਂ ਐਕਚੁਅਲੀ ਮੈਂ ਇਸ ਜਿਹੜਾ ਕਰੈਕਟਰ ਕੀਤਾ ਮੈਂ ਇੱਥੇ MH1 ਤੇ ਵੀ ਬਹੁਤ ਕੰਮ ਕੀਤਾ ਮੈਂ ਕੰਫਰਟੇਬਲ ਨਹੀਂ ਸੀਗਾ ਮੈਂ ਇੱਕ ਲੇਡੀ ਦੇ ਰੂਪ ਦੇ ਵਿੱਚ ਆਵਾਂ ਹਨ ਔਰ ਮੈਂ ਬਹੁਤ ਔਖਾ ਸੀ ਕਿ ਮੈਂ ਨਹੀਂ ਕਰ ਸਕਦਾ ਹੈ ਔਰ ਫਿਰ ਇਹ ਕਹਿੰਦੇ ਕਰਨਾ ਹੀ ਕਰਨਾ ਹੈ ਅਤੇ ਤੁਸੀਂ ਇਹ ਕਰਨਾ ਜੀ ਫਿਰ ਮੈਨੂੰ ਇੱਕ ਥੋੜ੍ਹਾ ਜਿਹਾ ਮੈਂ ਨਾ ਮੇਰੇ ਕਿਤੇ ਨਾ ਕਿਤੇ ਦਿਮਾਗ 'ਚ ਸੀਗਾ ਜਦੋਂ ਛੋਟੇ ਹੁੰਦੇ ਪਿੰਡ ਦੇਖਦੇ ਹੁੰਦੇ ਸੀਗੇ ਇੱਕ ਜਮੇਰੋ ਨਾਂ ਦੀ ਬਣਜਾਰਨ ਹੁੰਦੀ ਸੀ ਜਿਹੜੇ ਗੱਡੀਆਂ ਵਾਲੇ ਹੁੰਦੇ ਓਕੇ ਓਕੇ ਅਤੇ ਉਹ ਹੋਕਾ ਦਿੰਦੀ ਸੀਗੀ ਅਤੇ ਬੜੀ ਸਵੀਟ ਲੱਗਦੀ ਹੁੰਦੀ ਸੀ ਬੜਾ ਵਧੀਆ ਉਹਨਾਂ ਦਾ ਹੋਕਾ ਹੁੰਦਾ ਸੀ ਫਿਰ ਮੈਂ ਕਿਹਾ ਵੀ ਮੇਰੇ ਉਹ ਦਿਮਾਗ 'ਚ ਸੀ ਕਰੈਕਟਰ ਮੈਂ ਕਿਹਾ ਜੇ ਮੈਨੂੰ ਤੁਸੀਂ ਲੇਡੀ ਬਣਾਉਣਾ ਹੀ ਹੈ ਤਾਂ ਉਹ ਕਰੈਕਟਰ ਬਣਾਓ ਬਣਜਾਰਨ ਦਾ ਅਤੇ ਮੈਂ ਉਹ ਕਰਕੇ ਦੇਖੂੰਗਾ ਅਤੇ ਫਿਰ ਉਹ ਕਰਕੇ ਦਿਖਾਓ ਉਹ ਜਿੱਦਾਂ ਮੈਂ ਸੋਚਿਆ ਸੀ ਇੱਥੇ ਵੀ ਕੁੱਤੇ ਖਾਣੇ ਆ ਜਾਓ ਜੀ ਇਹੋ ਜੀ ਉੱਥੇ ਪਾਉਂਦਾ ਸੀ ਪਹਿਲੀ ਵਾਰ ਵੇਖਿਆ ਕੋਟ ਦਾ ਘੱਗਰਾ ਪਾਇਆ ਕਿਸੇ ਨੇ ਭਾਜੀ ਦੀ ਸਪੀਡ ਦੱਸਦੀ ਹੈ ਨਾ ਜਮੇਰੋ ਨੂੰ ਬੜੇ ਗੌਰ ਨਾਲ ਵੇਖਿਆ ਤੇ ਲਓ ਜੀ ਫਿਰ ਗੋਟੇ ਵਾਲੀ ਜਮੇਰੋ ਤਿਆਰ ਹੋਣ ਲੱਗੀ ਲੈ ਬਸ ਬਹੁਤ ਇੰਨਾ ਹੀ ਬਹੁਤ ਹੈ ਬਹੁਤ ਹੈ ਲਓ ਜੀ ਆਏ ਹਾਏ ਉਹ ਕੋ ਤਕੜਾ ਕੋ ਖੋਚਣਾ ਕੋ ਬੋਠੜਾ ਨੂੰ ਹੱਲੇ ਲਵਾ ਲਓ ਭੈਣੇ ਉਹ ਸਰਦਾਰਾ ਤੈਨੂੰ ਵੀ ਦੇ ਦੀਏ ਕੋਈ ਨੀਰੇ ਦੀ ਠੋਕਰੀ ਮੋਲਿਆ ਸਰਦਾਰਾ ਤੇਰੇ ਬੱਠਣ ਨੂੰ ਥੱਲਾ ਲਾ ਦੀਏ ਮੇਰੀ ਗੱਲ ਸੁਣੋ ਤੁਹਾਡੇ 'ਚ ਜਿਹੜੀ ਕੁੜੀ ਤੁਹਾਡੀ ਹੈ ਇੱਕ ਮਿੰਟ ਉਹ ਹੈਲੋ ਤੁਸੀਂ ਕੌਣ ਮੈਂ ਯਮਰਾਜ ਹਾਂ ਨਹੀਂ ਉਹ ਤੇ ਤੂੰ ਇਹਨਾਂ ਕੱਪੜੇ ਮਾਈਕਲ ਜੈਕਸਨ ਲੱਗ ਵੀ ਨਹੀਂ ਰਿਹਾ ਤੇ ਯਮਰਾਜ ਹੋ ਤੇ ਜਾਓ ਅਗਲੇ ਚੌਂਕ 'ਚ ਹੋਣ ਦੀ ਰਾਮਲੀਲਾ ਉੱਧਰ ਜਾਓ ਯਾਰ ਮੈਂ ਸੱਚੀ ਯਮਰਾ ਰਿਹਾ ਤੇ ਇੱਥੇ ਕੀ ਲੈਣ ਆਇਓ ਯਾਰ ਯਮਰਾਜ ਬੰਦੇ 'ਚ ਘੁਣਾਉਂਦਾ ਵਾ ਹੋਰ ਮੈਂ ਇੱਥੇ ਡੋਮੀਨੋਜ਼ ਦਾ ਪੀਜ਼ਾ ਆਰਡਰ ਕਰਨ ਵਾਸਤੇ ਆਇਆ ਵਾਂ ਯਾਰ ਮੈਨੂੰ ਸੀਰੀਅਸਲੀ ਲੈ ਮੈਂ ਵਾਕਈ ਯਮਰਾਜ ਹਾਂ ਤੇ ਮੈਂ ਇੱਥੇ ਕੁੜੀ ਚੱਕਣ ਵਾਸਤੇ ਆਇਆ ਕੁੜੀ ਚੱਕ ਕੁੜੀਏ ਲੁਕ ਜਾ ਹਾਂ ਛੇਤੀ ਕਰੋ ਕਿਉਂ ਮੈਂ ਬਾਅਦ 'ਚੋਂ ਕੈਨੇਡਾ ਜਾ ਕੇ ਚਾਰ ਅੰਗਰੇਜ਼ ਵੀ ਚੱਕਣੇ ਆ ਉਹਨਾਂ ਦੀ ਲੈਂਗੁਏਜ ਆਉਂਦੀ ਹੈ ਯਾਰ ਮੈਂ ਬੰਦੇ ਚੱਕਣ ਜਾਣਾ ਵਾਂ ਮੈਂ ਉੱਥੇ ਸਟੱਡੀ ਵੀਜ਼ੇ ਵਾਸਤੇ ਇੰਟਰਵਿਊ ਥੋੜ੍ਹੀ ਜਿਹੀ ਜਾਣਾ ਵਾਂ ਮੈਂ ਇੱਥੇ ਬੀਬੀ ਅਮਰਜੀਤ ਨੂੰ ਚੱਕਣ ਵਾਸਤੇ ਆਇਆ ਅਮਰਜੀਤ ਦੇਖੋ ਬੀਬੀ ਅਮਰਜੀਤ ਤਾਂ ਹੈ ਨਹੀਂ ਭਾਈ ਕਰਮਜੀਤ ਹੈਗਾ ਸਾਡੇ ਕੋਲ ਉੱਤਰੀ ਐ ਨਾ ਕਰਮਜੀਤ ਹਾਂ ਉਹ ਭਾਜੀ ਕਰਮਜੀਤ ਉਹ ਪੂਰੇ ਯਮਲੋਕ ਦੇ ਵਿੱਚ ਨਾ ਤੂੰ ਹੀ ਤਰਥੱਲੀ ਪਾਈ ਪਈ ਆ ਹੈ ਤੁਹਾਡੀ ਫਿਲਮ ਤਾਂ ਪੂਰੀ ਹਿੱਟ ਹੋ ਗਈ ਆ ਇਹਨਾਂ ਨੂੰ ਫੜੋ ਫਿਰ ਟੈਕਸ ਟੋਕਸ ਵਾਲੇ ਹੋਣਗੇ ਨਾ ਪਰ ਨਹੀਂ ਯਮਲੋਕ ਦਾ ਦਿਲ ਤੁਹਾਡੇ ਤੇ ਆ ਗਿਆ ਹੈ
ਕਹਿੰਦਾ ਆ ਬੰਦੇ ਨੂੰ ਲੈ ਕੇ ਆਓ ਉੱਥੋਂ ਖਾਣਾ ਲਵਾਉਣਾ ਉਹ ਮੇਰੇ ਤਾਂ ਇੱਥੇ ਨਹੀਂ ਖਾਣੇ ਲੱਗਦੇ ਉੱਥੇ ਕਿੱਥੇ ਲਵਾਉਣਾ ਦੇਖੋ ਯਮਰਾਜ ਜੀ ਮਾਫ ਕਰ ਦਿਓ ਸਾਡੇ ਇੱਥੇ ਵੈਸੇ ਹਾਸੇ ਪਾਉਣ ਵਾਲੇ ਲੋਕਾਂ ਦੀ ਬਹੁਤ ਕਮੀ ਹੈ ਰੁਆਉਣ ਵਾਲੇ ਜ਼ਿਆਦਾ ਨੇ ਸੋ ਇਹਨਾਂ ਨੂੰ ਇੱਥੇ ਰਹਿਣ ਦਿਓ ਖਾੜਾ ਤੁਸੀਂ ਲਵਾਉਣਾ ਆਪਾਂ ਇੱਥੇ ਲਾ ਦਿੰਦੇ ਖਾੜਾ ਇਹਨਾਂ ਦਾ ਠੀਕ ਹੈ ਅੱਜ ਫਿਰ ਤੁਹਾਡਾ ਖਾਣਾ ਲੱਗੇਗਾ ਅਤੇ ਯਮਰਾਜ ਦਿਲ ਖੋਲ੍ਹ ਕੇ ਭੰਗੜਾ ਪਾਏਗਾ ਉਹ ਦਾਰੂ ਦੀ ਬੋਤਲ ਦੇ ਉੱਤੇ ਲੱਗਿਆ ਮਾਰ ਕੇ